ਦੇਖੋ ਭਾਫਾਂ ਮਾਰੀ ਜਾਂਦੇ ਦੋਨੇ ਇੰਜਣ ਜਮਾਂ। ਆਹ ਦੇਖੋ ਹੁਣ ਪਰਾਂ ਨੂੰ ਭੱਜ ਲਿਆ ਮਾਰੀ। ਆਹ ਦੇਖੋ ਨਵੇਂ ਮਿੱਤਰੋ ਕੀ ਹਾਲ ਚਾਲ ਆ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਅਤੇ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਸੀਗੇ ਕਿ ਦੋਨੇ ਬੁਲਟਾਂ ਦੀ ਵਾਈਬ੍ਰੇਸ਼ਨ 'ਤੇ ਵੀਡੀਓ ਲੈ ਕੇ ਆਓ। ਬਾਕੀ ਮੇਰਾ ਵੀ ਚਿੱਤ ਮੰਨਦਾ ਸੀ, ਕਰਦਾ ਸੀਗਾ ਅੰਦਰੋਂ ਵੀ ਵਾਈਬ੍ਰੇਸ਼ਨ 'ਤੇ ਵੀਡੀਓ ਲੈ ਕੇ ਆਵਾਂ, ਕਿਉਂਕਿ ਹੋਰ ਕੋਈ ਕੰਟੈਂਟ ਨਹੀਂ ਸੀ। ਅਤੇ ਅੱਜ ਲੈ ਆਏ ਦੋਨੇ ਬੁਲਟਾਂ ਦੇ, ਮਤਲਬ ਆਪਣੇ ਕੋਲ ਪਾਣੀ ਦਾ ਜੱਗ ਜੁੱਗ ਤਾਂ ਹੈ ਨਹੀਂ ਸੀਗਾ, ਵਾਈਬ੍ਰੇਸ਼ਨ 'ਤੇ ਵੀਡੀਓ ਲੈ ਕੇ ਆਏ ਹਾਂ। ਪਹਿਲਾਂ ਤੁਹਾਨੂੰ BS4 ਦੀ ਵਾਈਬ੍ਰੇਸ਼ਨ ਦਿਖਾਉਂਦੇ ਹਾਂ। ਦੇਖੋ ਦੋਨੇ ਬੁਲਟ ਸਟਾਰਟ ਹੈ, ਇਹਦੇ ਫੋਨ ਆਪਾਂ ਇੱਥੇ ਰੱਖਾਂਗੇ ਜਮਾਂ ਪਿੱਛੇ ਲਿਆ ਕੇ। ਆਹ ਦੇਖੋ ਤੁਸੀਂ ਗੌਰ ਨਾਲ, ਫੋਨ ਕੰਮ ਹੀ ਜਾਂਦਾ ਦੇਖੋ। ਅਤੇ ਆਹ ਬੁਲਟ ਦੀ ਆਈਡਲ ਸਪੀਡ 'ਤੇ ਖੜ੍ਹਾ, ਫੋਨ ਜਮਾਂ ਨਹੀਂ ਹਿਲਦਾ। ਦੇਖੋ ਕਰਾਂ ਚੈੱਕ ਕਰੋ, ਇਹਦੇ ਆਪਾਂ ਜੇ ਮਤਲਬ ਸੀਟ ਦੇ ਵਿਚਾਲੇ ਰੱਖ ਦਿੰਦੇ ਨਾ, ਇੱਥੇ ਰੱਖੋ ਯਾਰ ਤੁਸੀਂ। ਆਹ ਦੇਖੋ ਇੱਥੇ ਫੋਨ ਚੱਲ ਹੀ ਪਿਆ ਬਰਾਂ ਨੂੰ। ਆਹ ਦੇਖੋ ਫੋਨ ਕਿਵੇਂ ਬੁੜਕੀ ਜਾਂਦਾ। ਆਹ ਦੇਖੋ ਉਹਦੀ ਇਹਦੇ ਜਮਾਂ ਵਾਈਬ੍ਰੇਸ਼ਨ ਨਹੀਂ ਆਉਂਦੀ। ਅਤੇ ਜੇ ਆਪਾਂ ਰੇਸ ਮਾਰ ਕੇ ਥੋੜ੍ਹੀ ਜਿਹੀ, ਪਹਿਲਾਂ ਤੁਹਾਨੂੰ ਇਹਦੀ ਮਾਰ ਕੇ ਦਿਖਾਵਾਂਗੇ। ਆਹ ਦੇਖੋ ਰੇਸ ਮਾਰੋ। ਆਹ ਦੇਖੋ ਫੋਨ ਪਰਾਂ ਨੂੰ ਭੱਜ ਲਿਆ ਮਾਰੀ। ਆਹ ਦੇਖੋ ਮਾਰਦਾ ਨਾ ਛਾਲਾ ਫੋਨ ਮਾਰੀ ਬਾਈ। ਆਹ ਦੇਖੋ ਇਹਦੀ ਮਤਲਬ ਜੇ ਆਪਾਂ ਨੋਰਮਲ ਜੀ ਰੇਸ ਕਰਦੇ ਵਾਈਬ੍ਰੇਸ਼ਨ ਇੰਨੀ ਹੈ, ਅਤੇ ਹੁਣ ਉਹਦੀ ਚੈੱਕ ਕਰਾਉਂਦੇ ਤੁਹਾਨੂੰ। ਰੇਸ ਮਾਰ ਬਾਈ। ਹੈਲੋ, ਫੁੱਲ ਰੇਸ ਕਰਤੀ, ਫੁੱਲ ਰੇਸ, ਫੋਨ ਟੱਸ ਤੋਂ ਮਸ ਨਹੀਂ ਹੋਇਆ, ਫੁੱਲ ਵਾਂਗੂ ਰੇਸ ਕਰਤੀ। ਮਤਲਬ ਇਹਦੀ ਵਾਈਬ੍ਰੇਸ਼ਨ ਇੰਨੀ ਜ਼ਿਆਦਾ ਘੱਟ ਹੈ ਵੀ। ਆਹ ਦੇਖੋ ਆਹ ਲੀਹ ਦੇ ਖੜਾਤਾ ਫੋਨ, ਤਾਂ ਵੀ ਮਤਲਬ ਟੱਸ ਤੋਂ ਮਸ ਨਹੀਂ ਹੋਇਆ। ਅਤੇ ਇਹਦੇ ਆਪਣੇ ਜੇ ਰੱਖ ਦਿੰਦੇ ਰੇਸ ਮਾਰਦੇ ਹਾਂ, ਅਤੇ ਆਹ ਦੇਖੋ ਲੀਹ 'ਤੇ ਖੜਾਵਾਂਗੇ ਹੁਣ। ਲੈ ਬਾਈ ਖਰੇ ਉਹ ਭੱਜ ਗਿਆ, ਅਜੇ ਰੇਸ ਕਰਨੀ ਸਟਾਰਟ ਹੀ ਕਰੀ ਸੀ, ਫੋਨ ਹੋਰ ਬੁੱਟੂਗਾ ਵਰਾਂ ਨੂੰ ਭੱਜ ਗਿਆ। ਅਤੇ ਤੁਹਾਨੂੰ ਮਤਲਬ ਆਈਡਲ ਸਪੀਡ 'ਤੇ ਯਾਰ ਦੂਰੀ ਯਾਰ ਚੈੱਕ ਕਰਾ ਦੇਗੇ ਵਧੀਆ, ਉਹ ਮਤਲਬ ਉਵੇਂ ਪਤਾ ਨਹੀਂ ਲੱਗਦਾ ਬੁਲਟ ਦਾ ਭਾਫਾ ਮਾਰਨ ਲੱਗ ਗਿਆ। ਆਈਡਲ 'ਤੇ ਲਗਭਗ ਵਾਈਬ੍ਰੇਸ਼ਨ ਬਹੁਤ ਘੱਟ ਹੈ, ਕਿਉਂਕਿ ਇਹਦੀ ਵੀ ਮਤਲਬ ਆਈਡਲ 'ਤੇ ਪਤਾ ਨਹੀਂ ਲੱਗਦਾ, ਪਤਾ ਨਹੀਂ ਮੈਂ ਆਰ ਪੀ ਐਮ ਸਲੋ ਕਰ ਰੱਖਿਆ, ਥੋੜ੍ਹੇ ਵੱਧ ਕਰਦਾ ਮੈਂ। ਆਹ ਦੇਖੋ ਹੁਣ ਆਰ ਪੀ ਐਮ ਇੱਕੋ ਜਿਹਾ ਲੱਗਦਾ ਮੈਨੂੰ, ਇੱਥੇ ਹਲਕੀ ਹਲਕੀ ਵਾਈਬ੍ਰੇਸ਼ਨ ਹੈ ਕਿਸੇ। ਤੁਹਾਨੂੰ ਚੰਗੀ ਤਰ੍ਹਾਂ ਪਾਣੀ ਨਾਲ ਦਿਖਾਵਾਂਗੇ ਚੈੱਕ ਕਰਾ ਕੇ, ਬਾਕੀ ਤੁਹਾਨੂੰ ਦੋਨੇ ਬੁਲਟਾਂ ਦਾ ਉਹ ਦਿਖਾ ਦਿੰਦੇ ਹਾਂ। ਇੱਕ ਵਾਰੀ ਸਾਊਂਡ ਸੁਣਾ ਦਿੰਦੇ ਹਾਂ, ਕਿਉਂਕਿ ਸਾਊਂਡ ਸੁਣਾਉਣ ਨਾਲ ਮਤਲਬ ਵੀਡੀਓ ਵਧੀਆ ਜੀ ਬਣ ਜਾਂਦੀ ਹੈ। ਦੇਖੋ ਭਾਫਾਂ ਮਾਰੀ ਜਾਂਦੇ ਦੋਨੇ ਇੰਜਣ ਜਮਾਂ, ਓਕੇ ਦੀ ਰਿਪੋਰਟ 'ਤੇ ਆਈ ਜਾਣ ਪੂਰੇ ਦਾਣੇ 'ਤੇ ਹੈ ਭਾਫਾਂ ਦੇਖੋ ਮਾਰਦੇ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਅਤੇ ਆਹ ਆਪਣਾ BS7 ਹੈ ਬਈ, ਇਹਦੇ ਸੀ ਬੈਂਡ 'ਤੇ ਸ਼ੋਟ ਮੋਟਰ ਸਲੈਂਸਰ ਪਾਇਆ, ਤੁਸੀਂ ਆਵਾਜ਼ ਸੁਣ ਹੀ ਸਕਦੇ ਹੋ। ਅਤੇ ਆਹ ਆਪਣਾ BS4 ਹੈ, ਉਹਦੀ ਤੁਸੀਂ ਲੁੱਕ ਚੈੱਕ ਕਰੋ ਯਾਰ। ਮਤਲਬ ਜੇ ਲਗਾਤਾਰ ਬੁਲਟਾਂ ਚੱਲੀ ਜਾਂਦੇ, ਇਹਨਾਂ ਦੀ ਕੋਈ ਵਾਈਬ੍ਰੇਸ਼ਨ ਨਹੀਂ, ਜਿਵੇਂ ਆਈਡਲ ਸਪੀਡ 'ਤੇ ਦੋਨੇ ਚੱਲੀ ਜਾਂਦੇ ਨਾ, ਕੋਈ ਵਾਈਬ੍ਰੇਸ਼ਨ ਨਹੀਂ ਬੁਲਟਾਂ ਦੀ। ਪਰ ਜਦੋਂ ਰੇਸ ਮਾਰਦੇ ਇਹਦੀ ਵਾਈਬ੍ਰੇਸ਼ਨ ਜ਼ਿਆਦਾ ਆ, ਉਹਦੀ ਜਮਾਂ ਹੀ ਹੈ ਨਹੀਂ, ਚਲਾਉਣ 'ਚ ਵੀ ਉਹਦਾ ਪਤਾ ਨਹੀਂ ਲੱਗਦਾ ਵਾਈਬ੍ਰੇਸ਼ਨ ਦਾ, ਇਹਦਾ ਜ਼ਿਆਦਾ ਪਤਾ ਲੱਗਦਾ। ਅਤੇ ਉਹ ਬੁਲਟ ਦੇ ਮਤਲਬ ਹਰ ਵੀਡੀਓ 'ਚ ਮੈਂ ਦੱਸ ਦਿੰਦਾ ਹੁੰਦਾ, ਫਿਰ ਵੀ ਭਰਾਵਾਂ ਦੇ ਕਮੈਂਟ ਆਉਂਦੇ ਨੇ, ਪੁੱਛਦੇ ਹੁੰਦੇ ਆ ਇਹਦਾ ਜਿਹੜਾ ਬੈਂਡ ਪਾਈਪ ਹੈ ਅਤੇ ਸਲੈਂਸਰ ਹੈ ਕਿੰਨੇ ਦੇ ਆਏ ਆ ਅਤੇ ਕਿਹੜੇ ਹੈ। ਇਹ ਬਾਈ 2700 ਰੁਪਏ ਦੇ ਆਏ ਸੀ ਵਿਦ ਫਿਟਿੰਗ, ਅਤੇ ਇਹ ਪਹਿਲਾਂ ਵਾਲੇ BS6 ਵਾਲੇ ਪੈ ਜਾਂਦੇ ਤੇ ਇਹਦੇ ਆਰ ਪੀ ਐਮ ਸਲੋ ਦੀਆਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਵੀਡੀਓ ਦਿਖਾਵਾਂਗੇ, ਹੁਣ ਤੱਕ ਆਪਾਂ ਕਰਾ ਨਹੀਂ ਰਹੇ। ਬਾਕੀ ਬਈ ਜੇ ਸਾਊਂਡ ਵਧੀਆ ਲੱਗੀ ਦੋਨੇ ਬੁਲਟਾਂ ਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਕਰਕੇ ਦੱਸ ਦਿਓ ਵੀ ਆਉਣ ਵਾਲੇ ਟਾਈਮ 'ਚ ਮਤਲਬ ਕਿਸ ਟੋਪਿਕ 'ਤੇ ਵੀਡੀਓ ਲੈ ਕੇ ਆਈਏ। ਧੰਨਵਾਦ ਜੀ।